ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਕੈਪਟਨ ਦੀ ਕੋਠੀ ਦਾ ਘਿਰਾਓ 12 ਨੂੰ। ਮੀਤ ਹੇਅਰ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਸਮੇਂ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਜੋ ਕਿ 2 ਸਾਲ ਬਾਅਦ ਵੀ ਪੂਰਾ ਨਹੀਂ ਹੋਇਆ ਹੈ, ਜਿਸ ਨੂੰ ਲੈ ਕੇ 12 ਦਸੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਸਾਡਾ ਜਿਹੜਾ ਮੇਨ ਕਾਰਨ ਹੈ ਕਿਉਂਕਿ ਮੈਂ ਆਮ ਆਦਮੀ ਪਾਰਟੀ ਦਾ ਜਿਹੜਾ ਯੂਥ ਮੈਂਬਰ ਉਹਦੀ ਅਗਵਾਈ ਕਰ ਰਹੇ ਹਾਂ ਅਤੇ ਅਸੀਂ ਪਿਛਲੇ ਦਿਨ ਅਨਾਊਂਸ ਕੀਤਾ ਸੀ ਕਿ ਅਸੀਂ 12 ਤਰੀਕ ਨੂੰ ਜਿਹੜੇ ਕੈਪਟਨ ਸਾਹਿਬ ਉਹਨਾਂ ਦੀ ਕੋਠੀ ਦਾ ਘਿਰਾਓ ਕਰ ਰਹੇ ਹਾਂ। ਇਹ ਮੁੱਦਾ ਵੀ ਯੂਥ ਨਾਲ ਜੁੜਿਆ ਹੋਇਆ, ਭਾਵੇਂ ਕੈਪਟਨ ਸਾਹਿਬ ਨੇ ਵੈਸੇ ਵਾਅਦੇ ਤਾਂ ਹਰ ਵਰਗ ਨਾਲ ਹੀ ਕੀਤੇ ਸੀ, ਭਾਵੇਂ ਉਹ ਕਿਸਾਨ ਹੋਣ ਕਿ ਤੁਹਾਡਾ ਕਰਜ਼ਾ ਮਾਫ਼ ਕਰਾਂਗੇ, ਭਾਵੇਂ ਦਲਿਤ ਹੋਣ, ਭਾਵੇਂ ਪੰਜਾਬ ਦੇ ਜਿਹੜੇ ਬੇਰੁਜ਼ਗਾਰ ਜਿਹੜੇ ਪੁਰਾਣੇ ਸੀਗੇ ਉਹਨਾਂ ਨੂੰ ਪੱਕੇ ਕਰਦੇ ਹੋਣ, ਅਤੇ ਜਿਹੜਾ ਉਸ ਤੋਂ ਵੀ ਜਿਹੜਾ ਨਵਾਂ ਵਾਅਦਾ ਸੀ ਕਿ ਪੰਜਾਬ ਦੇ 55 ਲੱਖ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਿਹੜਾ ਇਹ ਸਭ ਤੋਂ ਵੱਡਾ ਵੋਟ ਬੈਂਕ ਹੈ ਉਹ ਪੰਜਾਬ ਦੇ ਬੇਰੁਜ਼ਗਾਰ ਨੇ, ਸਭ ਤੋਂ ਵੱਡੇ 18 ਤੋਂ 35 ਸਾਲ ਦੀ ਉਮਰ 'ਚ, ਉਹਨਾਂ ਨਾਲ ਵਾਅਦਾ ਕੀਤਾ ਗਿਆ। ਵਾਅਦਾ ਕੀ, ਕੋਈ ਵੈਸੇ ਸਟੇਜਾਂ ਤੋਂ ਨਹੀਂ, ਲਿਖਤ ਰੂਪ ਦੇ ਵਿੱਚ ਕੈਪਟਨ ਸਾਹਿਬ ਨੇ ਭਾਵੇਂ ਉਹ ਪੇਡ ਵਰਕਰ ਲਏ ਭਾਵੇਂ ਉਹਨਾਂ ਦੇ ਆਪਦੇ ਵਰਕਰ ਸੀ, ਪੰਜਾਬ ਦਾ ਐਸਾ ਕੋਈ ਪਿੰਡ ਗਲੀ ਮੁਹੱਲਾ ਨਹੀਂ ਛੱਡਿਆ ਜਿੱਥੇ ਉਹਨਾਂ ਵਰਕਰਾਂ ਨੂੰ ਭੇਜਿਆ ਨਹੀਂ ਗਿਆ ਫੋਰਮ ਭਰਨ ਲਈ, ਜਿਹਦੇ 'ਤੇ ਲਿਖਿਆ ਸੀ ਕੈਪਟਨ ਨੇ 100 ਚੱਕੀ ਹਰ ਘਰ ਨੌਕਰੀ ਪੱਕੀ। ਹਰ ਕਿਸੇ 55 ਲੱਖ ਪਰਿਵਾਰ 'ਚੋਂ ਕੋਈ ਐਸਾ ਕਿਸੇ ਦਾ ਧੀ ਪੁੱਟ ਨਹੀਂ ਰਹਿਣਾ ਜਿਹਨੂੰ ਨੌਕਰੀ ਨਹੀਂ ਮਿਲੂ, ਕਿਸੇ ਤੱਕ ਕੰਧਾਂ ਵੀ ਨਹੀਂ ਛੱਡੀਆਂ, ਕੋਈ ਗਲੀ ਮੁਹੱਲਾ ਚਾਹੇ ਸ਼ਹਿਰ ਆ ਪਿੰਡ ਆ ਕੁਛ ਨਹੀਂ ਛੱਡਿਆ, ਲੋਕਾਂ ਨੂੰ ਪੂਰਾ ਅਹਿਸਾਸ ਕਰਵਾਤਾ ਵੀ ਨੌਕਰੀਆਂ ਤੁਹਾਨੂੰ ਮਿਲਣਗੀਆਂ ਮਿਲਣਗੀਆਂ। ਪਰ ਅੱਜ 2 ਸਾਲ ਦਾ ਸਮਾਂ ਲੰਘ ਚੁੱਕਿਆ ਹੈਗਾ, ਉਸੇ ਤਰ੍ਹਾਂ ਪੰਜਾਬ 'ਚ ਬੇਰੁਜ਼ਗਾਰੀ ਹੈ, ਨਾ ਨੌਕਰੀਆਂ ਮਿਲ ਰਹੀਆਂ ਨੇ, ਨਾ ਜਿਹੜਾ ਕੈਪਟਨ ਸਾਹਿਬ ਨੇ ਕਿਹਾ ਸੀ 50 ਰੁਪਇਆ ਪੱਤਾ ਨਾ ਉਹ ਮਿਲ ਰਿਹਾ।